ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸਸੀ ਸੰਧੂ ਅੱਜ ਤੁਸੀਂ ਸੁਣੋਗੇ ਰਾਮ ਸਰੂਪ ਅਣਖੀ ਜੀ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਕਹਾਣੀ ਮੁਹੱਬਤ ਦੀ ਮਿੱਟੀ ਜੁਮਾ ਕਮਯਾਰ ਸੂਰਜ ਦੇ ਉਭਾਰ ਤੋਂ ਪਹਿਲਾਂ ਜਾਗ ਪੈਂਦਾ ਉਠਣਸਾਰ ਉਹ ਚੱਕ ਵਾਲੀ ਛਤਨੇ ਵਿੱਚ ਜਾਂਦਾ ਤੇ ਡੱਬੀ ਦੀ ਸੀਖ ਬਾਲ ਕੇ ਆਪਣੇ ਸਰਦਾਰਾਂ ਨੂੰ ਦੇਖਣ ਲੱਗਦਾ ਦੇਖਦਾ ਰਹਿੰਦਾ ਤੇ ਹੁਸਨ ਦੀਆਂ ਸਿਫਤਾਂ ਕਰਦਾ ਇੱਕ ਸੇਖ ਬੁੱਝਦੀ ਤਾਂ ਦੂਜੀ ਬਾਲ ਲੈਂਦਾ ਉਹਨੂੰ ਲੱਗਦਾ ਸਰਦਾਰ ਉਹਦੇ ਚਿਹਰੇ ਤੇ ਉਹ ਪ੍ਰਭਾਵ ਨਹੀਂ ਆਇਆ ਮੁਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ ਮਿੱਟੀ ਦਾ ਬੁੱਤ ਉਹਨੂੰ ਅਧੂਰਾ ਅਧੂਰਾ ਜਾਪਦਾ ਉਹਦਾ ਦਿਲ ਗਵਾਈ ਭਰਦਾ ਇੱਕ ਦਿਨ ਐ ਮਿੱਟੀ ਦਾ ਬੁੱਤ ਮੁਕੰਮਲ ਕਰਾਂਗਾ ਮੁਕੰਮਲ ਤੇ ਸੰਪੂਰਨ ਉਸਦੇ ਨਹੀਂ ਇਹਦੇ ਵਿੱਚੋਂ ਅਸਲੀ ਸਰਦਾਰੋ ਪੈਦਾ ਹੋਵੇਗੀ ਸਰਦਾਰੋ ਜੋ ਕਦੇ ਉਹਦਾ ਸੁਪਨਾ ਸੀ ਤੇ ਸੁਪਨਾ ਜਿਸ ਨੂੰ ਕਦੇ ਉਸਨੇ ਖੁਦ ਹੀ ਤੋੜ ਦਿੱਤਾ ਸੀ ਐਸੇ ਕਾਲ ਜੀ ਵਿੱਚ ਜੁਮਾ ਘਰੋਂ ਨਿਕਲਦਾ ਤੇ ਖੁੱਲੇ ਖੇਤਾਂ ਵਿੱਚ ਜੰਗਲ ਪਾਣੀ ਹੋ ਆਉਂਦਾ ਖੇਤਾਂ ਵਿੱਚ ਹੀ ਉਹਨੂੰ ਆਪਣੇ ਗਧਿਆਂ ਦੇ ਹੀਂਗਣ ਦੀਆਂ ਆਵਾਜ਼ਾਂ ਸੁਣਦੀਆਂ ਗਧਿਆਂ ਦੀਆਂ ਆਵਾਜ਼ਾਂ ਸੁਣ ਕੇ ਉਹ ਪੱਠੇ ਤੇ ਜਾਨ ਦੀ ਕਾਲ ਵੀ ਤੰਗ ਕਰਨ ਲੱਗਦੀ। ਪੱਠੇ ਦੀ ਕਾਲ ਵਿੱਚ ਸਰਦਾਰੋ ਦਾ ਖਿਆਲ ਕਿਦਰੇ ਗਵਾਚ-ਗਵਾਚ ਜਾਂਦਾ। ਘਰ ਆ ਕੇ ਵੀ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਤੇ ਚੁੱਲ੍ਹੇ ਤੇ ਚਾਹ ਧਰ ਨਹੀਂ ਆਖਦਾ। ਮਾਂ ਚਾਹ ਬਣਾਉਣ ਲੱਗਦੀ ਤਾਂ ਉਹ ਚੱਕ ਵਾਲੇ ਛਤਨੇ ਵਿੱਚ ਆ ਬੈਠਦਾ। ਉਦੋਂ ਤੱਕ ਸੂਰਜ ਦੀ ਲੋ ਉਹਦੇ ਵਿਹੜੇ ਵਿੱਚ ਪਹੁੰਚ ਚੁੱਕੀ ਹੁੰਦੀ। ਕਿਰਨਾਂ ਲੱਗਣ ਤੋਂ ਪਹਿਲਾਂ ਦਾ سرمਈ ਚਾਨਣ ਛਤਨੇ ਦਾ ਬੁਹਾ ਜੜ ਦੇਵਾਲ ਸੀ। ਲੋ ਚਾਰੇ ਖੁੰਜਿਆਂ ਵਿੱਚ ਪਹੁੰਚਦੀ ਸਰਦਾਰੋ ਦੇ ਮੂੰਹ ਨੂੰ ਉਹ ਟਿਕ ਟਿੱਕੀ ਬਨ ਕੇ ਟੱਕਣ ਲੱਗਦਾ ਟੱਕਦਾ ਰਹਿੰਦਾ ਤੇ ਫੇਰ ਪਾਣੀ ਦੀ ਗੜਵੀ ਲਿਆ ਕੇ ਮਿੱਟੀ ਗਿੱਲੀ ਕਰਦਾ ਲੋਹੇ ਦੇ ਹੀਰਨੇ ਨਾਲ ਬੁੱਤ ਦੀਆਂ ਅੱਖਾਂ ਉਹਦੀ ਠੋਡੀ ਉਹਦੀਆਂ ਗੱਲਾਂ ਤੇ ਬੁੱਲਾਂ ਤੋਂ ਮਿੱਟੀ ਖੁਰਚ ਦਿੰਦਾ ਚਿਹਰੇ ਤੇ ਪਾਣੀ ਤੁੱਕਦਾ ਚਿਹਰੇ ਤੇ ਉਂਗਲਾਂ ਦੇ ਪੋਟੇ ਫੇਰਦਾ ਖਾਸ ਖਾਸ ਥਾਵਾਂ ਤੇ ਉਂਗਲਾਂ ਦੇ ਗਿੱਲੇ ਫੁੱਲ ਸ਼ਹੋਂਦਾ ਫੇਰ ਗਿੱਲੀ ਮਿੱਟੀ ਗੋਨ ਰਿਹਾ ਉਹ ਸੋਚਾਂ ਦੇ ਸਮੁੰਦਰ ਵਿੱਚ ਉਤਰ ਜਾਂਦਾ ਉਹ ਕਾਤਾ ਜਾ ਕਰਕੇ ਉਹ ਚਿਲਮ ਵੀ ਭਰ ਲਿਆਉਂਦਾ ਹੁੰਦਾ ਮੱਠੀ ਮੱਠੀ ਹੁੱਕੇ ਦੀ ਘੋਟ ਲੈਂਦਾ ਤੇ ਅੱਧ ਖੁਲੀਆਂ ਅੱਖਾਂ ਵਿੱਚ ਵਿਉਂਤਾ ਬਣਾਉਂਦਾ ਗੁੰਨੀ ਮਿੱਟੀ ਨੂੰ ਹੇਰਨੇ ਦੀ ਚੁੰਝ ਤੇ ਚੜਾ ਕੇ ਉਹ ਬੁੱਤ ਦੇ ਚਿਹਰੇ ਤੇ ਲਾਉਂਦਾ ਤੇ ਫੇਰ ਚੁੰਝ ਨਾਲ ਹੀ ਮਿੱਟੀ ਨੂੰ ਉੱਥੇ ਪੱਕੀ ਕਰ ਦਿੰਦਾ ਕਿਸੇ ਤਾਂ ਹੋਰ ਉਭਾਰ ਦਿਖਾਉਣਾ ਹੁੰਦਾ ਤਾਂ ਹੋਰ ਚੁੰਝ ਭਰਦਾ ਚਾਲੀ ਮਾਂ ਦੀ ਹਾਕ ਸੁਣਨ ਤੱਕ ਉਹ ਸ਼ਤਨੇ ਵਿੱਚ ਬੈਠਾ ਰਹਿੰਦਾ। ਹੁੱਕਾ ਪੀਂਦਾ ਤੇ ਨਹਿਰਨੇ ਦੀਆਂ ਚੁੰਝਾਂ ਬੁੱਤ ਦੇ ਚਿਹਰੇ ਤੇ ਫਿਰਦੀਆਂ ਰਹਿੰਦੀਆਂ। ਉਹਨੂੰ ਲੱਗਦਾ ਜਿਵੇਂ ਕੱਲ ਨਾਲੋਂ ਅੱਜ ਬੁੱਤ ਵਿੱਚ ਬਹੁਤੀ ਜਾਨ ਪਹਿ ਗਈ ਹੋਵੇ। ਉਹਨੂੰ ਕੋਈ ਸੁੱਖ ਜਾ ਮਿਲਦਾ। ਕਈ ਮਹੀਨਿਆਂ ਤੋਂ ਉਹ ਇੰਜ ਕਰਦਾ ਆ ਰਿਹਾ ਸੀ। ਨਿਤਨੇ ਵਾਂਗ ਹੀ ਕਰਦਾ ਸਵੇਰੇ-ਸਵੇਰੇ। ਆਥਣ ਨੂੰ ਤਾਂ ਦਿਨ ਛਿਪੇ ਘਰ ਵੜਦਾ ਥੱਕਿਆ ਟੁੱਟਿਆ ਪਿਆ ਹੁੰਦਾ। ਗਧਿਆਂ ਨੂੰ ਰੂੜੀਆਂ ਤੇ ਛੜ ਦਿੰਦਾ ਤੱਤਾ ਪਾਣੀ ਕਰਕੇ ਨਹਾਉਂਦਾ ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ ਬੇੰਦ ਚੱਟ ਹੁੱਕਾ ਪੀਂਦਾ ਤੇ ਫੇਰ ਗਧਿਆਂ ਨੂੰ ਘੇਰ ਲਿਉਂਦਾ ਉਹਨਾਂ ਮੋਰੇ ਸੁੱਕਾ ਕਾਸ ਉਟਦਾ ਤੇ ਉਹਨਾਂ ਦੀਆਂ ਲੱਤਾਂ ਕਿੱਲਿਆਂ ਦੇ ਰੱਸਿਆਂ ਨਾਲ ਬੰਨ੍ਹ ਦਿੰਦਾ ਹੀਂਗ ਦੇ ਫੂੰਕਾਰੇ ਮਾਰਦੇ ਦੁਲਤੀਆਂ ਚਲਾਉਂਦੇ ਤੇ ਲੱਟ ਦੇ ਉੱਠ ਦੇ ਗਧੇ ਟਿਕ ਜਾਂਦੇ ਤਾਂ ਜੁਮਾ ਵੀ ਸੌਣ ਦੀ ਕੋਸ਼ਿਸ਼ ਕਰਦਾ ਮਾਂ ਰੋਟੀ ਟੋਕ ਦਾ ਕੰਮ ਮੁਕਾ ਕੇ ਤੇ ਭਾਂਡਾ ਟੀਂਡਾ ਸਾंभ ਕੇ ਜੁੰਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੇ ਤੇ ਪੈਂਦੀ ਜੁੰਮੇ ਦੀ ਉਮਰ ਐਸ ਵੇਲੇ 50 ਸਾਲਾਂ ਤੋਂ ਉੱਤੇ ਸੀ ਉਹਨਾਂ ਦਾ ਹੋਰ ਕੋਈ ਨਹੀਂ ਸੀ ਉਹ ਸੀ ਤੇ ਉਹਦੀ ਬੁੱਢੀ ਮਾਂ ਬਾਕੀ ਸਾਰਾ ਟੱਬਰ 47 ਦੀ ਵੱਡ ਟੁੱਕੀ ਵੇਲੇ ਵਿਛੜ ਗਿਆ ਸੀ 47 ਤੋਂ ਪਹਿਲਾਂ ਦੀ ਗੱਲ ਏ ਹਵੇਲੀ ਵਾਲਿਆਂ ਦੀ ਕੁੜੀ ਸਰਦਾਰੋ ਜੁੰਮੇ ਨਾਲ ਗਾਈ 둑ੜੇ ਖੇਡਦੀ ਹੁੰਦੀ ਉਹ ਕਿੰਨੀ ਖੁਲੰਦੜੀ ਸੀ ਹੱਸਦੀ ਤਾਂ ਗੱਲਾਂ ਤੇ ਟੋਏ ਪੈਂਦੇ ਬਿਨਾਂ ਕਾਰਨ ਹਸਦੀ ਰਹਿੰਦੀ ਗੱਲ-ਗੱਲ ਤੇ ਜੁਮੇ ਨੂੰ ਖਜਾਉਂਦੀ। ਉਹਨਾਂ ਦਿਨਾਂ ਵਿੱਚ ਤਾਂ ਵੱਡੇ-ਵੱਡੇ ਮੁੰਡੇ ਕੁੜੀਆਂ ਇਕੱਠੇ ਖੇਡਦੇ ਸਨ। ਹੁਣ ਵਰਗਾ ਜਮਾਨਾ ਨਹੀਂ ਸੀ। 16-16, 18-18 ਸਾਲ ਦੇ ਮੁੰਡੇ ਕੁੜੀਆਂ ਮਾਪਿਆਂ ਲਈ ਗੁੱਡੇ-ਗੁੱਡੀਆਂ ਤੋਂ ਵੱਧ ਨਹੀਂ ਸਨ। ਅਗਵਾੜ ਦੇ ਧਰਮ ਮਸਾਲਾ ਵਿੱਚ ਉਹ ਸੂਤੇ ਤੱਕ ਖੇਡਦੇ ਰਹਿੰਦੇ। ਰੋਲਾ ਪਾਉਂਦੇ, ਚੀਕਾਂ ਮਾਰਦੇ, ਘਰ ਮੁੜਨ ਲੱਗੇ ਉੱਚੀ-ਉੱਚੀ ਬੋਲਦੇ। ਮੋਹਰ ਲਿਓ, ਮੋਹਰ ਲਿਓ ਖਿਚਲੋ ਡੋਰ। ਮਗਰ ਲਿਆ ਦੀ ਮਾਂ ਨੂੰ ਲੈ ਗਏ ਚੋਰ ਤੇ ਫੇਰ ਜੋ ਉਸਨਾਂ ਟਾਲੀ ਦੀ ਵੱਡ ਢੁੱਕ ਹੋਈ ਜੁम्मे ਦਾ ਪਿਓ ਤੇ ਉਹਦੇ ਦੋਵੇਂ ਚਾਚੇ ਇੱਧਰ ਹੀ ਮਾਰੇ ਗਏ ਭੈਣਾਂ ਨੂੰ ਮਿਲਟਰੀ ਕੈਂਪ ਵਾਲੇ ਲੈ ਗਏ ਉਹ ਉਹਦੀ ਮਾਂ ਹਵੇਲੀ ਵਾਲਿਆਂ ਦੇ ਘਰ ਨੀਰੇ ਵਾਲੀ ਸਬਾਤ ਵਿੱਚ ਲੁੱਕ ਕੇ ਬੈਠੇ ਰਹੇ ਉੱਥੇ ਹੀ ਰੋਟੀ ਪਾਣੀ ਉੱਥੇ ਹੀ ਰਾਤ ਨੂੰ ਸੌਂ ਜਾਂਦੇ ਗਰਮੀ ਸਰਦੀ ਦਾ ਕੋਈ ਅਹਿਸਾਸ ਨਹੀਂ ਸੀ ਮੋਹਨੇਰੇ ਉੱਠ ਕੇ ਜੰਗਲ ਪਾਣੀ ਜਾ ਆਉਂਦੇ ਨੀਰੇ ਵਾਲੀ ਸਬਾਤ ਹੀ ਉਹਨਾਂ ਦਾ ਸੰਸਾਰ ਬਣ ਗਿਆ ਸਰਦਾਰੋ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ ਜੁम्मे ਦੀ ਮਾਂ ਸਰਦਾਰਾ ਨੂੰ ਪੋਚ-ਪੋਚ ਕਰਕੇ ਪਿਆਰ ਕਰਦੀ। ਉਹਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟਦੀ। ਜਿਵੇਂ ਉਹ ਆਪਣੀ ਧੀ ਹੋਵੇ। ਰਾਤ ਨੂੰ ਜੁਮੇ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਸੌਂਦੀ। ਤੂਫਾਨ ਗੁਜ਼ਰ ਗਿਆ ਤਾਂ ਜੁਮਾ ਤੇ ਜੁਮੇ ਦੀ ਮਾਂ ਹਵੇਲੀ ਵਾਲਿਆਂ ਦੇ ਘਰੋਂ ਬਾਹਰ ਆ ਗਈ। ਪਿੰਡ ਵਿੱਚ ਹੀ ਨਿੱਕੇ-ਮੋਟੇ ਕੰਮ ਕਰਨ ਲੱਗੇ। ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ। ਰਹਿੰਦੇ ਵੀ ਲੋਕਾਂ ਦੇ ਘਰਾਂ ਵਿੱਚ ਹੀ। ਆਪਣੇ ਘਰ ਤੋਂ ਜਿਵੇਂ ਉਹਨਾਂ ਨੂੰ ਡਰ ਲੱਗਦਾ ਹੋਵੇ। ਜਿਵੇਂ ਹੁਣ ਵੀ ਕੋਈ ਉਹਨਾਂ ਨੂੰ ਸੁੱਤਿਆਂ ਨੂੰ ਆ ਕੇ ਮਾਰ ਜਾਵੇਗਾ ਤੇ ਫਿਰ ਉਹ ਆਪਣੇ ਘਰ ਹੀ ਆਕੇ ਘਰ ਵਿੱਚ ਤਾਂ ਕੁਝ ਵੀ ਨਹੀਂ ਸੀ ਘਰ ਦੀਆਂ ਕੰਧਾਂ ਖੜੀਆਂ ਸਨ ਘਰ ਦੀ ਛੱਤ ਕਾਇਮ ਸੀ ਛਤ ਨੇ ਵਿੱਚ ਚੱਕ ਹੈਗਾ ਸੀ ਇੱਕ ਪਾਸੇ ਡਿੱਗਿਆ ਪਿਆ ਜੋ ਮੈਨੇ ਚੱਕ ਨੂੰ ਹਿਲਾਇਆ ਨਹੀਂ ਹੁਣ ਤੱਕ ਵੀ ਉਹ ਚੱਕ ਉਵੇਂ ਦਾ ਉਵੇਂ ਪਿਆ ਹੋਇਆ ਸੀ ਨਿਰਜਿੰਦ ਬੇਆਵਾਜ਼ ਤੇ ਛਾਪੜਿਆ ਹੋਇਆ ਜਿਵੇਂ ਹੁਣੇ ਕੋਈ ਉਹਨੂੰ ਘੇੜਾ ਦੇਵੇ ਤਾਂ ਹਰਕਤ ਵਿੱਚ ਆ ਸਕਦਾ 47 ਦੇ ਸਾਕੇ ਨੂੰ 8-10 ਵਰੇ ਲੰਘ ਗਏ। ਉਦੋਂ ਤੱਕ ਜੁੰਮੇ ਕੋਲ 4 ਗਦੇ ਤੇ 2 ਗਧੀਆਂ ਸਨ। ਪੱਠੇ ਤੇ ਜਾ ਕੇ ਉਹ ਇੱਟਾਂ ਢੋਣ ਦਾ ਕੰਮ ਕਰਦਾ। ਮਾਂ ਘਰ ਵਿੱਚ ਰਹਿੰਦੀ। ਸੋਨਾ ਗੁਜ਼ਾਰਾ ਚੱਲ ਰਿਹਾ ਸੀ। ਹਵੇਲੀ ਹਵੇਲੀ ਵਾਲਿਆਂ ਦੀ ਸਰਦਾਰੋਂ ਦਾ ਵਿਆਹ ਸੀ। ਵਿਆਹ ਤੋਂ 4 ਦਿਨ ਪਹਿਲਾਂ ਉਹ ਅੱਧੀ ਰਾਤ ਘਰੋਂ ਉੱਠ ਕੇ ਜੁੰਮੇ ਕੋਲ ਆਈ। ਉਹਨੂੰ ਬਾਹੋਂ ਫੜ ਕੇ ਮੰਜੀ ਤੇ ਬਿਠਾ ਦਿੱਤਾ ਤੇ ਕਿੰਨਾ ਹੀ ਚਿਹਰੋਸ ਨਾਲ ਕੁਸਰਮੁਸਰ ਕਰਦੀ ਰਹੀ। ਮਾਂ ਦੀ ਮਨਜੀ ਦੂਰ ਸੀ ਜੁਮਾ ਮੰਨਿਆ ਨੇ ਡਰ ਗਿਆ ਐਡੀ ਵੱਡੀ ਚਟਾਨ ਨਾਲ ਉਹ ਮੱਥਾ ਕਿਵੇਂ ਲਾਉਂਦਾ ਉਹ ਤਾਂ ਇੱਕ ਕਮਿਆਰ ਸੀ ਬਸ ਹਵੇਲੀ ਵਾਲੇ ਤਾਂ ਜ਼ਿੰਮੇਦਾਰ ਸਨ ਉਹ ਆਥਨ ਨੂੰ ਕਿਹੜਾ ਨਾਕਾ ਪਾ ਕੇ ਰੱਖ ਦਿੰਦੇ ਤੇ ਫਿਰ ਜੁਮੇ ਤੇ ਜੁਮੇ ਦੀ ਮਾਂ ਨੇ ਉਹਨਾਂ ਦੇ ਘਰ ਦਾ ਲੋਨ ਵੀ ਤਾਂ ਖਾਦਾ ਸੀ ਸਰਦਾਰੋ ਜਿਵੇਂ ਕੋਈ ਸਰਾਪ ਦੇ ਕੇ ਤੁਰ ਗਈ ਹੋਵੇ ਬਸ ਉਸ ਦਿਨ ਤੋਂ ਉਹ ਦਿਨ ਗਿਆ ਤੇ ਜੁਮਾ ਪਿੱਤੇ ਵਾਂਗ ਸੁੱਕਣ ਲੱਗ ਪਿਆ ਉਸ ਪਿੰਡ ਵਿੱਚ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ ਕਮਿਆਰਾਂ ਦਾ ਕੋਈ ਘਰ ਨਹੀਂ ਰਹਿ ਗਿਆ ਸੀ ਇੰਧਰ ਹੀ ਖੁਰਤਬੁਰਤ ਹੋ ਕੇ ਜਾਂ ਫਿਰ ਪਾਕਿਸਤਾਨ ਨੂੰ ਚਲੇ ਗਏ ਪਹਿਲਾਂ ਪਹਿਲਾਂ ਤਾਂ ਕੋਈ ਆਸ ਵੀ ਨਹੀਂ ਸੀ ਪਰ ਫਿਰ ਕਈ ਸਾਲਾਂ ਪਿੱਛੋਂ ਦੂਰ ਦਰਾਜ ਦੇ ਪਿੰਡਾਂ ਵਿੱਚੋਂ ਉਹਨੂੰ ਰਿਸ਼ਤੇ ਆਉਣ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਰਿਹਾ ਜਿਵੇਂ ਔਰਤ ਦੀ ਤਾਂ ਉਹਨੂੰ ਲੋੜ ਹੀ ਨਹੀਂ ਸੀ ਇੱਕ ਸਰਦਾਰੋ ਹੀ ਉਹਦੇ ਮਨ ਗੁੱਟ ਗਈ ਸੀ ਉਹ ਹੁਣ ਨਹੀਂ ਸੀ ਤਾਂ ਦੁਨੀਆ ਵਿੱਚ ਹੋਰ ਔਰਤ ਵੀ ਕਿਹੜੀ ਰਹਿ ਗਈ ਸੀ ਪਤਾ ਨਹੀਂ ਉਹ ਕਿਹੜੀ ਘੜੀ ਸੀ ਕਿ ਸਰਦਾਰੋ ਸਾਹਮਣੇ ਉਸ ਦੇ ਮੂੰਹ ਨਾ ਹੀ ਨਾ ਨਿਕਲਦੀ ਤੁਰੀ ਗਈ ਤੇ ਫੇਰ ਕਿਸੇ ਔਰਤ ਦਾ ਤਸੱਵਰ ਤੱਕ ਵੀ ਉਹਦੇ ਜਿਹਨ ਵਿੱਚ ਨਹੀਂ ਆਉਂਦਾ ਸੀ ਬਸ ਇਹੀ ਸਰਕਾਰੋ ਦਾ ਸਰਾਬ ਸੀ ਤੇ ਹੁਣ ਜੁਮੇ ਦਾ ਇਹ ਹਾਲ ਸੀ ਪੱਠੇ ਤੇ ਇੱਟਾਂ ਢੋਣ ਦਾ ਕੰਮ ਉਹ ਇੱਕ ਗਦੇ ਵਾਂਗ ਹੀ ਸਿਰ ਸੁੱਟ ਕੇ ਕਰਦਾ ਉਹਦੇ ਧੋਰੰਦਰ ਸਰਦਾਰੋ ਦੀ ਮੂਰਤ ਬੱਸੀ ਹੋਈ ਸੀ ਐਸ ਮੂਰਤ ਨੂੰ ਮਿੱਟੀ ਵਿੱਚੋਂ ਸাকার ਕਰਨ ਦੀ ਸੱਲ ਉਹਨੂੰ ਲੱਗ ਗਈ ਮਹੱਬਤ ਦਾ ਪਰਤੱਖ ਚਿਹਰਾ ਮੁਸਕਰਾਉਂਦਾ ਵੀ ਤੇ ਇਨਕਾਰ ਵੀ ਕਰਦਾ ਜਦੋਂ ਕਦੇ ਸਰਦਾਰਾਂ ਦੇ ਸਾਹਮਣੇ ਉਹ ਕੋਈ ਪ੍ਰਸਤਾਵ ਲੈ ਕੇ ਗਿਆ ਸੀ ਉਹ ਇੰਜ ਦਾ ਚਿਹਰਾ ਬਣਾ ਲਿਆ ਕਰਦੀ ਮੁਸਕਰਾਹਟ ਤੇ ਇਨਕਾਰ ਦੀ ਅਦਭੁਤ ਮੋੰਦਰਾ ਤੇ ਫੇਰ ਤੇ ਹੁਣ ਜੁਮੇ ਦੀ ਸਾਰੀ ਜ਼ਿੰਦਗੀ ਉਸ ਵਿੱਚ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ ਜ਼ਿੰਦਗੀ ਦਾ ਇੱਕ ਸਾਰਥਕ ਰੰਝੇਵਾ ਇਸ਼ਿਆਮਾਂ ਦਾ ਕਲਪਨਿਕ ਸਮਰਥਨ ਤੇ ਫੇਰ ਇੱਕ ਸਵੇਰ ਸਰਦਾਰੋ ਦੀ ਗੋਦੀ ਨਵਾਂ ਬਾਲ ਸੀ ਉਹਦਾ ਪੁੱਤਰ ਉਮਲ ਉਮਲ ਥੱਲੇ ਡਿੱਗਣੋਂ ਕਰਦਾ ਸਵੇਰੇ ਸਵੇਰੇ ਜਮਾ ਬੁੱਤ ਦੇ ਚਿਹਰੇ ਤੇ ਮੁਹੱਬਤ ਦੀ ਆਖਰੀ ਮਿੱਟੀ ਚੜਾ ਰਿਹਾ ਸੀ ਅੱਜ ਬੁੱਤ ਨੇ ਮੁਕੰਮਲ ਹੋ ਜਾਣਾ ਸੀ ਮੁਸਕਰਾਹਟ ਤੇ ਇਨਕਾਰ ਦੀ ਸੰਤੁਲਿਤ ਮਾਤਰਾ ਵਿੱਚ ਨਹਿਰ ਨੇ ਦੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਆਪਣੇ ਪੂਰੇ ਵੇਗ ਵਿੱਚ ਸਰਦਾਰੋਂ ਨੇ ਛਤਨੇ ਅੱਗੇ ਆ ਕੇ ਜੁੰਮੇ ਨੂੰ ਹਾਕ ਮਾਰੀ ਇੱਕ ਬਿੰਦ ਚੁੰਝ ਰੁਕੀ ਜੁੰਮਾ ਮੋਢੇ ਤੋਂ ਚੱਕਿਆ ਸਰਦਾਰੋਂ ਨੂੰ ਪਹਿਚਾਣਿਆ ਸੀ ਪਰ ਹਉ ਕਹਿ ਕੇ ਦੂਜੀ ਬਿੰਦ ਹੀ ਆਪਣੇ ਕੰਮ ਵਿੱਚ ਰੁੱਝ ਗਿਆ ਇਹ ਕੰਮ ਉਹਨੇ ਪਹਿਲਾਂ ਨਿਬੇੜਨਾ ਹੋਵੇਗਾ ਸਵੇਰ ਵੀ ਹੋ ਗਈ ਪੱਠੇ ਤੇ ਵੀ ਜਾਣਾ ਸੀ ਸਰਦਾਰੋਂ ਦੋ ਪਲ ਰੁਕੀ ਤੇ ਉਹਦੀ ਪਿੱਠ ਤੇ ਨਜ਼ਰਾਂ ਤਲਕਾਉਂਦੇ ਜੁੰਮੇ ਦੀ ਬੁੱਢੀ ਮਾਂ ਵੱਲ ਚਲੀ ਗਈ ਕੰਮ ਮੁਕਾ ਕੇ ਜੁੰਮਾ ਉੱਠਿਆ ਸਰਦਾਰੋ ਕਿਧਰੇ ਵੀ ਨਹੀਂ ਸੀ ਜਾ ਚੁੱਕੇ ਸੀ ਪਤਾ ਨਹੀਂ ਕਿਉਂ ਆਈ ਸੀ ਇਹ ਸਭ ਕਾਸੇ ਬਾਰੇ ਜੋ ਮੈਨੇ ਸੋਚਿਆ ਵੀ ਨਹੀਂ ਸਰਦਾਰੋ ਦਾ ਅਸਲੀ 치ਰਾ ਮੁਕੰਮਲ ਸੀ ਤੇ ਫੇਰ ਜੁਮਾ ਗਦਿਆਂ ਤੇ ਇੱਟਾਂ ਟੋਂਦਾ ਵੀ ਸੋਚਦਾ ਹੈਰਾਨ ਹੁੰਦਾ ਰਹਿੰਦਾ ਸਰਦਾਰੋ ਦੀ ਮਿੱਟੀ ਨਾਲ ਉਹਨੂੰ ਐਨੇ ਮੁਹੱਬਤ ਕਿਉਂ ਹੈ ਸਰਦਾਰੋ ਦੇ ਮਾਸ ਤੇ ਉਹਦੀ ਮਿੱਟੀ ਵਿੱਚ ਜਿਵੇਂ ਕੋਈ ਫਰਕ ਨਾ ਰਹਿ ਗਿਆ ਹੋਵੇ ਲਿਖਤ ਰਾਮ ਰੂਪ ਅਣਕੀ ਆਵਾਜ਼ ਜੱਸੀ ਸੰਤੂ ਫਿਰ ਮਿਲਦੇ ਆ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ